शुगर बीपी कानू छा जवाई नहीं दिखते कितने ने पापा उस वेरी काम पे चले जाते हैं शाम को वापस आते हैं अच्छा उन्होंने दस्ता थी साड़ी आऊँ तो हाँ जी पापा कर ली सी गल की कर ली सी गल आपने गल कर ली सी हाँ जी वो कहने को नहीं आ रहा सब अच्छा ठीक है नाले नेड़े हो जाओगे अपने बोलो हाँ मनु तो कुछ बोल दे नहीं तो बड़ा चुपचाप बैठा है की कर ले कुछ नहीं पहने बस थकावट जी हुई भी है लंबा सफर सी ना चलो फिर ऐ करो तुसी तिन्ने आराम कर लो नले मैं तो दीदी तुहाडे लई रोटी बन दे आंदे हां ठीक है पुत्र चलो ठीक चलो रोटी बनाई चलें हां ठीक है चलो चलो अभी फिर आराम कर लो थोड़ो चल मन कर जशन यार मैं नाश्ता ले आवां नहीं यार भूख नहीं हैगी अच्छा ते अपने घर को ना दस घर छड के एक घर खाली पे है अच्छा ते मम्मी और अनु अपा उठे किराए ते ना ले दिए जी मैं ठीक लगता कर दे कोई नहीं चलो फिर तब ठीक है चल फिर मैं चला ठीक है दुकान ते फिर रोटी ना खाओ पोथी पे दी यार भूख नहीं है यार जी तो फिर मैं मरनु हाथ पे दूं हां ठीक है बस मैं तो टिफिन पाता है ना का चल चंगा पहले मैं चलदा फिर काम ते मैं दवाई लेके ठीक है आला मुनकर डैडी की दवाई लेके आ ते कोई टेंशन लैन वाली गल नहीं हैगी ठीक है तू कह दिया कर जो लोड हुंदी है चल ठीक है पहले मैं लेके आना फिर हां ठीक है ले आ तैयार ना जाए ठीक है हेलो सत श्री अकाल मम्मी जी हो ठीक हो अच्छा और की करदे सीगे ठीक है ते रोटी रोटी बना रही सी तुसी अच्छा नहीं बनाई ऐदा करना हूँ तुम बना भी ना मैं ना बना के अरपन नूं भेज दिया तुहाडे कोल वो आप ही तुहानूं पकड़ा जाएगी ठीक है मम्मी ठीक है अरपन हाँ जी दीदी आ मम्मी पापा ने रोटी लेके आ अच्छा ठीक है उन्होंने कह दे रोटी उधर ना मैं करा ना पापी बना लिया करा उन्होंने ठीक है हाँ चलो ये वधी कीता मैं उन्होंने दस दांगी नाले मम्मी नहीं खिचन होंगी डैडी का ध्यान रखन के आ मनु तो चल अपने को खा जाता उन्होंने का हाँ सही गल है चल कह रही ठीक है ध्यान ना जाइए हाँ हाँ ठीक है मैं फड़ा लिया ठीक है
ਕੀ ਗੱਲ ਮਨ ਕਹਿੰਦਾ ਅੱਜ ਦੁਕਾਨ ਤੇ ਕਿਉਂ ਗਿਆ ਮੈਂ ਨਹੀਂ ਜਾਣਾ ਹੈਗਾ ਦੁਕਾਨ ਤੇ ਚੱਲੇ ਨਾ ਚਲਾਵੇ ਨਾ 24 ਘੰਟੇ ਉਹਦੇ ਤੇ ਬਿਨਾ ਗਾਹਕ ਤੋਂ ਬਣਾ ਸੌਖਾ ਪਿਆ ਫਿਰ ਤੈਨੂੰ ਵੀ ਟੈਨਸ਼ਨ ਹੈ ਪੈਸੇ ਦਾ ਸੀ ਲੈ ਰਿਆ ਨਾ ਕੋਈ ਨਹੀਂ ਆਰਾਮ ਨਾਲ ਬੋਲੋ ਆਰਾਮ ਨਾਲ ਕੀ ਬੋਲੋ ਇਹ ਸੁਣਦਾ ਨਹੀਂ ਨਾ ਹੈਗਾ ਹੋਰ ਕੋਈ ਕੰਮ ਲੱਭ ਲਾਂਗੇ ਕੋਈ ਨਹੀਂ ਨਹੀਂ ਜਿਹੜਾ ਇੰਨਾ ਪੈਸਾ ਖਰਚ ਕੀਤਾ ਦੁਕਾਨ ਤੇ ਉਹ ਹੁਣ ਫਿਰ ਇਹਦੇ ਚ ਮੇਰਾ ਤਾਂ ਦੱਸ ਦੋ ਕੀ ਕਸੂਰ ਆ ਮੈਂ ਤਾਂ ਬੈਠਾ ਹੀ ਰਿਹਾ ਦੁਕਾਨ ਤੇ ਜਦ ਤੱਕ ਗਾਹਕ ਹੀ ਨਹੀਂ ਆਉਂਦਾ ਮੇਰਾ ਕੀ ਕਸੂਰ ਆ ਤੇਰੇ ਭਾਜੀ ਵੀ ਕਹਿ ਰਹੇ ਸੀਗੇ ਜਿੰਨਾ ਟਾਈਮ ਤੂੰ ਬਾਬਿਆਂ ਦੇ ਲਾਉਂਦਾ ਉਹਨਾਂ ਟਾਈਮ ਜੇ ਤੂੰ ਕੰਮ ਤੇ ਲਾ ਲੇ ਕੰਮ ਕਿਉਂ ਨਾ ਚੱਲੇ ਤੇਰਾ ਉਹਨੂੰ ਬਹੁਤ ਪਤਾ ਆਹੋ ਸਾਰੀ ਉਮਰ ਹੋ ਗਈ ਇਸੇ ਕੰਮਾਂ ਚ ਉਹਨੂੰ ਸਾਰਾ ਕੁਝ ਪਤਾ ਉਹਨੂੰ ਠੀਕ ਹੈ ਜੇ ਜ਼ਿਆਦਾ ਹੀ ਕੰਮ ਕੰਮ ਕਰਦਾ ਮੈਂ ਫਿਰ ਚੱਲਿਆ ਨਾ ਹਾਂ ਉਹ ਨਹੀਂ ਚੱਲਿਆ ਐਵੇਂ ਦੀ ਗੱਲ ਨਹੀਂ ਚੱਲੀ ਮੈਨੂੰ ਪਹਿਲੇ ਛੱਡ ਦੇ ਆਪਸ ਮੁੜ ਕੇ ਚੱਲਿਆ ਨਾ ਐਰ ਨੂੰ ਇਹ हेलो जशन देखे यार मन करन ना लड़के घरों भज गया नहर वाल छाल मार कहता से मेरे तो बहुत घबराहट हो रही छेती आ हाँ जी हाँ ठीक है छेती आ चलो ओके ਕੀ ਕਹਿੰਦਾ ਜਸ਼ਨ ਦੁਕਾਨ ਤੇ ਬੈਠੇ ਹੁਣ ਜਾ ਕੇ ਜਸ਼ਨ ਗਈ ਆਪਾਂ ਨੂੰ ਡਰਾਂਦਾ ਸੀਗਾ ਫਿਰ ਮੈਂ ਤੈਨੂੰ ਉਹੀ ਕਹਿ ਰਹੀ ਸੀ ਨਾ ਐਵੇਂ ਟੈਨਸ਼ਨ ਲੈ ਰੱਖੀ ਸੀ ਬੇਫਾਲਤੂ ਦੀ ਇਹਨਾਂ ਦਾ ਬਸ ਕੰਮ ਨੂੰ ਨਾ ਕਹੋ ਆਪਾਂ ਨੂੰ ਇਹ ਡਰਾਈ ਜਾਂਦਾ ਸੀਗਾ ਮੈਂ ਚੱਲ ਐਵੇਂ ਡਰਾਈ ਜਾਂਦਾ ਸੀ ਚੱਲ ਬਸ ਹੁਣ ਟੈਨਸ਼ਨ ਫ੍ਰੀ ਰਿਹਾ ਜਿਹੜੀ ਤੁਸੀਂ ਦਵਾਈ ਲੈ ਲਈ ਪੁੱਤ ਦਵਾਈ ਤਾਂ ਲੈ ਲਈ ਆ ਇੰਨੇ ਕੰਮ ਲੈਂਦੇ ਕਿਨੇ ਖਾਣੇ ਨੇ ਕੋਈ ਨਹੀਂ ਨਹੀਂ ਕੋਈ ਨਹੀਂ ਖਾ ਪੁੱਤ ਮੈਨੂੰ ਤਾਂ ਜੀ ਭੁੱਖ ਘੱਟ ਲੱਗਦੀ ਆ ਚਲੋ ਜਿੰਨੀ ਭੁੱਖ ਹੈ ਉਹਨਾਂ ਖਾ ਲਓ ਡੈਡੀ ਕੋਈ ਗੱਲ ਨਹੀਂ ਉਹਨੇ ਖੇਚਲ ਕਰਦੀ ਉਹ ਦੱਸ ਤੁਸੀਂ ਹੈ ਕਾਹਦੇ ਤੰਗ ਕੀਤੀ ਤੁਸੀਂ ਨਹੀਂ ਤੰਗ ਹੋਣ ਵਾਲੀ ਕਿਹੜੀ ਗੱਲ ਹੈ ਕੰਮ ਖਾ ਲਓ ਥੋੜੀ ਜਿਹੀ ਨਹੀਂ ਭੁੱਖ ਹੈ ਨਹੀਂ ਖਾ ਲਓ ਜਾ ਰਹੀ ਹੈ ਮੈਂ ਬੋਲ ਰਹੀ ਹਾਂ ਚਾਰ ਦਿਨ ਹੈ ਕਿ ਨਹੀਂ ਤੁਸੀਂ ਐਦਾਂ ਦੀਆਂ ਗੱਲਾਂ ਨਾ ਕਰੋ ਡੈਡੀ ਤੁਹਾਨੂੰ ਕੁਝ ਨਹੀਂ ਹੁੰਦਾ ਠੀਕ ਹੋ ਤੁਸੀਂ ਨਹੀਂ ਪੁੱਤ ਸਰੀਰ ਬਹੁਤ ਤੰਗ ਹੈ ਬੁਲਾਉਣਾ ਹੈਗਾ ਸਾਰੀ ਉਮਰ ਤਾਂ ਉਹ ਆ ਕੇ ਨਹੀਂ ਖੜਿਆ ਆਪਣੇ ਉਹ ਤੂੰ ਕਹਿ ਰਿਹਾ ਉਹਨਾਂ ਨੂੰ ਬੁਲਾਣਾ ਮੈਂ ਤਾਂ ਬੁਲਾਉਂਗਾ ਆਉਣਗੇ ਉਹ ਤਾਂ ਨਹੀਂ ਪੁੱਤ ਐਵੇਂ ਨਹੀਂ ਕਹਿੰਦਾ ਅਗਲਾ ਉਹ ਲੈਣ ਦੇਣ ਕਰਕੇ ਗੱਲ ਜਦੋਂ ਆਪਣੇ ਨਾਲ ਉਹ
ਵਰਤੇ ਨਹੀਂ ਹੈਗੇ ਫਿਰ ਆਪਾਂ ਕਾ ਤੋਂ ਉਹਨਾਂ ਨੂੰ ਬੁਲਾਈ ਮੇਰੇ ਰਿਸ਼ਤੇਦਾਰ ਨੇ ਮੈਂ ਤਾਂ ਬੁਲਾਉਂਗਾ ਨਹੀਂ ਬਣਾ ਯਾਰ ਸੁਣ ਕੇ ਮੇਰੇ ਮੈਂ ਤਾਂ ਬੁਲਾਉਣੇ ਨੇ ਜਿਹੜਾ ਕੁਝ ਮਰਜ਼ੀ ਕਰੋ ਜਿਵੇਂ ਮਰਜ਼ੀ ਕਰੋ ਮੈਨੂੰ ਨਹੀਂ ਤੁਸੀਂ ਬਾਹਰ ਚਲੇ ਜਾਓ ਜਾਂ ਫਿਰ ਘਰ ਤੋਂ ਮੈਂ ਚਲੇ ਜਾਣਾ ਐਵੇਂ ਨਹੀਂ ਕਰੀਏ ਐਵੇਂ ਨਹੀਂ ਬੋਲੀਏ ਮੈਂ ਨਾ ਸਾਡੀ ਵੀ ਸੁਣਨਾ ਤੂੰ ਥੋੜੀ ਬੋਲੀ ਮੈਂ ਨਹੀਂ ਸੁਣਨੀ ਪਟਿਆਲੇ ਵਾਲੇ ਆਉਣਗੇ ਤਾਂ ਆਉਣਗੇ ਤੇਰੀ ਵੱਡੀ ਭੈਣ ਹੈ ਸੁਣ ਲੈ ਇਹਨਾਂ ਦੀ ਯਾਰ ਮੈਂ ਨਹੀਂ ਸੁਣਨੀ ਹੈਗੀ ਵੀਰੇ ਕਿਸੇ ਦੀ ਵੀ ਨਹੀਂ ਮੇਰੇ ਰਿਸ਼ਤੇਦਾਰ ਨੇ ਮੈਂ ਤਾਂ ਬੁਲਾਉਂਗਾ ਯਾਰ ਉਹਨਾਂ ਨੂੰ ਐਵੇਂ ਨਹੀਂ ਕਰ ਤੂੰ ਵੱਡੀ ਭੈਣ ਹੈ ਸੁਣ ਲੈ ਉਹਨਾਂ ਦੀ ਮਰ ਗਿਆ ਮੈਂ ਜਦੋਂ ਆ ਕੇ ਲਿਖਾ ਦੇ ਮੇਰੇ ਦੁੱਖ ਸੁੱਖ ਦਿੱਤਾ ਨਹੀਂ ਆਪਣੇ ਨਾਲ ਹੁਣ ਕਿਉਂ ਬੁਲਾਣਾ ਉਹਨਾਂ ਨੂੰ ਤੂੰ ਪਾਗਲ ਮੈਂ ਤਾਂ ਬੁਲਾਉਂਗਾ ਉਹਨਾਂ ਨੂੰ ਨਹੀਂ ਪੁੱਤਾ ਆਪਾਂ ਨਹੀਂ ਬੁਲਾਣਾ ਸਮਝ ਹੀ ਨਹੀਂ ਹੁੰਦੀ ਇਹ ਗੱਲ ਜਿਹੜਾ ਕੁਝ ਮਰਜ਼ੀ ਕਰੋ ਮੈਂ ਤਾਂ ਬੁਲਾਉਂਗਾ ਪਟਿਆਲੇ ਵਾਲੇ ਆਉਣਗੇ ਤਾਂ ਆਉਣਗੇ ਭੋਗਤੇ ਇਹ ਤੇਰੀ ਗਲਤ ਗੱਲ ਹੈ ਤੂੰ ਸਾਡੀ ਦੋਨੇ ਭੈਣਾਂ ਦੀ ਨਹੀਂ ਸੁਣ ਰਿਹਾ ਹੈਗਾ ਸਮਝਦਾ ਹੀ ਨਹੀਂ ਹੈਗਾ ਸਮਝੀਦਾ ਹੁੰਦਾ ਮਨ ਤਾਂ ਮੈਂ ਨਹੀਂ ਯਾਰ ਸੁਣਨੀ ਕਿਸੇ ਦੀ ਪਟਿਆਲੇ ਵਾਲੇ ਆਉਣਗੇ ਤਾਂ ਆਉਣਗੇ ਬੱਚੇ ਦੀ ਹੱਤਾ ਕਿਉਂ ਕਰ ਰਹੇ ਯਾਰ ਜਿੱਦ ਕਿਉਂ ਕਰ ਰਹੇ ਆ ਜਿੱਦੀ ਕਿਉਂ ਬਣਦਾ ਯਾਰ ਯਾਰ ਜਿਹੜਾ ਕੁਝ ਮਰਜ਼ੀ ਕਰੋ ਮੇਰੇ ਰਿਸ਼ਤੇਦਾਰ ਨੇ ਤਾਂ ਆਉਣਗੇ ਯਾਰ ਆਪਾਂ ਚੱਲਦੇ ਹਾਂ ਤੁਸੀਂ ਕਹਿੰਦੇ ਹੋ ਆਪਣੀ ਮਰਜ਼ੀ ਕਰ ਭਾਈ ਤੂੰ ਕਿਹੜਾ ਭਾਈ ਸਾਡੀ ਚੱਲਦੇ ਆ ਜਾਓ ਜਾਓ ਜੋ ਮਰਜ਼ੀ ਕਰ ਲਿਓ मेरा भी बापू नाले पा दे भोग मेरी किसी नूं कोई फिकर नहीं है कोई भी नहीं देखण आया है यार पता नहीं मन करना कि यार दो दिन बोलने सर्च कर लिया यार बस जो रबा मैं सोचा बस वो ना हो यार एक आखिरी पुल बजे ਮਾਰਤੀ ਨੇ ਹੋਰ ਮਾਰਤੀ